ਚਾਹੇ ਜੀ ਤੁਸੀਂ ਪੂਰੀ ਦੁਨੀਆ ਘੁੰਮ ਲਵੋ, ਲੇਕਿਨ ਉਹਨਾਂ ਗਲੀਆਂ ਤੋਂ ਖੂਬਸੂਰਤ ਅਤੇ ਪਿਆਰੀ ਗਲੀਆਂ ਨਹੀਂ ਮਿਲਣਗੀਆਂ ਤੁਹਾਨੂੰ ਜਿੱਥੇ ਤੁਸੀਂ ਆਪਣਾ ਬਚਪਨ ਗੁਜ਼ਾਰਿਆ ਸੀਗਾ, ਉਹ ਪਲ ਗੁਜ਼ਾਰੇ ਸੀਗੇ, ਉਹ ਦਿਨ ਗੁਜ਼ਾਰੇ ਸੀਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਲਵਲ ਔਜਲਾ ਵਿਜ਼ਿਟ ਪੰਜਾਬ ਚੈਨਲ ਦੇ ਇੱਕ ਹੋਰ ਐਪੀਸੋਡ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਦੋਸਤੋ, ਅੱਜ ਮੈਂ ਸ਼ਹਿਰ ਨਕੋਦਰ ਦੇ ਵਿੱਚ ਹਾਂ। ਵੰਡ ਤੋਂ ਪਹਿਲਾਂ ਨਕੋਦਰ ਵਿੱਚ 75% ਮੁਸਲਮਾਨਾਂ ਦੀ ਆਬਾਦੀ ਹੁੰਦੀ ਸੀਗੀ। ਆਹ ਇੱਕ ਉਸੇ ਵਕਤ ਦਾ ਮਕਾਨ ਹੈ ਜੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਇਹ ਦਰਵਾਜ਼ਾ ਲਾਗੇ ਜੋ ਤੁਹਾਨੂੰ ਥੜੇ ਦਿਖ ਰਹੇ ਨੇ, ਇਹਨਾਂ ਦਾ ਇਸਤੇਮਾਲ ਬੈਠਣ ਲਈ ਹੁੰਦਾ ਸੀਗਾ। ਜਿਵੇਂ ਕੋਈ ਮੁਸਾਫਿਰ ਵੀ ਦੂਰੋਂ ਆਉਂਦਾ ਸੀ ਅਤੇ ਉਹ ਕੁੰਡਾ ਖੜਕਾ ਕੇ ਇੱਥੇ ਬਹਿ ਜਾਂਦਾ ਸੀ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਨਕੋਦਰ ਹਾਈ ਸਕੂਲ ਦੀ ਵੀਡੀਓ ਸਾਂਝੀ ਕਰਨ ਜਾ ਰਿਹਾ ਹਾਂ, ਜੋ ਕਿ 1924 ਦੇ ਵਿੱਚ ਲੂਇਸ ਏ ਬੁੱਲ ਦੁਆਰਾ ਬਣਾਇਆ ਗਿਆ ਸੀ। ਇਹ ਸਕੂਲ ਦੇ ਬਾਹਰ ਦੀ ਰੋਡ, ਇਹ ਜੀ ਮੇਨ ਗੇਟ ਹੈ ਸਕੂਲ ਦਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਨਕੋਦਰ, ਯਾਨੀ ਇਹ ਸਿਰਫ ਮੁੰਡਿਆਂ ਦੇ ਲਈ ਹੈ। ਆਓ ਜੀ, ਹੁਣ ਤੁਹਾਨੂੰ ਸਕੂਲ ਦੇ ਅੰਦਰ ਲੈ ਕੇ ਚੱਲਦੇ ਹਾਂ। ਥੋੜ੍ਹੇ ਬਹੁਤੇ ਬਦਲਾਵਾਂ ਨੂੰ ਛੱਡ ਕੇ ਇਹ ਸਕੂਲ ਅੱਜ ਵੀ ਉੱਦਾਂ ਦਾ ਉੱਦਾਂ ਹੀ ਹੈ। ਚਾਹੇ ਮੈਂ ਸਕੂਲ ਦੇ ਵਿੱਚ ਪੜ੍ਹਿਆ ਨਹੀਂ ਹਾਂ, ਪਰ ਸਕੂਲ ਨੂੰ ਲੈ ਕੇ ਹਰ ਕਿਸੇ ਦੇ ਦਿਲ ਵਿੱਚ ਯਾਦਾਂ ਇੱਕੋ ਜਿਹੀਆਂ ਹੁੰਦੀਆਂ ਨੇ ਅਤੇ ਉਹ ਬਹੁਤ ਮਿੱਠੀਆਂ ਹੁੰਦੀਆਂ ਨੇ। ਆ ਨਾਲ ਜੀ ਮੇਰੇ ਰੰਧਾਵਾ ਸਾਹਿਬ ਨੇ ਇਹ ਇਸ ਸਕੂਲ ਦੇ ਵਿੱਚ ਪੜ੍ਹੇ ਨੇ। ਅੱਛਾ ਅੱਛਾ, ਅਰੇ ਵੱਡਾ ਸਾਰਾ ਇੱਕੋ ਛੇਵੀਂ ਦਾ, ਅੱਗੇ ਸੱਤਵੀਂ ਦਾ। ਅੱਜ ਵੀ ਯਾਦ ਆਉਂਦੇ ਨੇ ਉਹ ਦਿਨ ਜਦੋਂ ਜਾਂਦੇ ਹੁੰਦੇ ਸੀਗੇ ਸਕੂਲ ਆਪਣੇ ਦੋਸਤਾਂ ਦੇ ਨਾਲ, ਕਿੱਦਾਂ ਦੀ ਉਹ ਖੂਬਸੂਰਤ ਦੋਸਤੀ ਹੁੰਦੀ ਸੀਗੀ ਅਤੇ ਕਿੱਦਾਂ ਦਾ ਉਹ ਪਿਆਰ ਹੁੰਦਾ ਸੀਗਾ। ਸਵੇਰੇ ਤਿਆਰ ਹੋ ਕੇ ਫਟਾਫਟ ਸਟੋਪ 'ਤੇ ਜਾ ਕੇ ਸਕੂਲ ਬੱਸ ਦੀ ਵੇਟ ਕਰਨਾ, ਫਿਰ ਬੈਠ ਕੇ ਉੱਥੇ ਪਹੁੰਚਣਾ, ਫਿਰ ਜਾਂਦੇ ਹੋਏ ਰਸਤੇ ਵਿੱਚ ਗੱਲਾਂ ਮਾਰਨੀਆਂ, ਪੱਥਰਾਂ ਨੂੰ ਠੋਡੇ ਮਾਰਦੇ ਖੇਡਦੇ ਉਹ ਸਕੂਲ ਜਾਣਾ, ਉਹ ਦੋਸਤਾਂ ਦੇ ਨਾਲ ਕਦੀ ਵੀ ਨਾ ਖਤਮ ਹੋਣ ਵਾਲੀਆਂ ਗੱਲਾਂ, ਮੋਢੇ 'ਤੇ ਬੈਗ ਰੱਖਿਆ ਹੋਣਾ ਅਤੇ ਹੱਥ ਵਿੱਚ ਬੋਟਲ। ਕਿਹਨੂੰ ਪਤਾ ਸੀਗਾ ਉਹ ਬਚਪਨ ਦੇ ਦੋਸਤ ਚੁਰਾ ਲੂ ਗਏ ਜਵਾਨੀ। ਕਈ ਵਾਰ ਹੱਸ ਖੇਡ ਕੇ ਸਕੂਲੇ ਜਾਂਦੇ ਸੀਗੇ ਅਤੇ ਕਈ ਵਾਰ ਰੋ ਕੇ। ਉਸ ਵਕਤ ਸਕੂਲ ਜਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਹੁੰਦਾ ਸੀਗਾ, ਪਰ ਅੱਜ ਬਹੁਤ ਦਿਲ ਕਰਦਾ। ਮੈਂ ਜਾਵਾਂ ਆਪਣੇ ਸਕੂਲ ਨੂੰ ਦੇਖਾਂ, ਜਿੱਥੇ ਜਿੱਥੇ ਵੀ ਮੈਂ ਪੜ੍ਹਿਆ ਹਾਂ। ਆ ਪਿੱਛੇ ਜੀ ਬੈਰਕਪੁਰ ਕੈਲਕਟਾ ਦੇ ਵਿੱਚ ਮੈਂ ਆਪਣੇ ਪੁਰਾਣੇ ਸਕੂਲ ਗਿਆ ਸੀਗਾ। ਉਸ ਘਰ ਦੇ ਵਿੱਚ, ਉਹ ਗਲੀਆਂ ਦੇ ਵਿੱਚ ਜਿੱਥੇ ਮੈਂ ਵੱਡਾ ਹੋਇਆ ਸੀਗਾ, ਆਪਣੇ ਸਕੂਲ ਨੂੰ ਅਤੇ ਆਪਣੇ ਕੁਆਟਰ ਨੂੰ ਜਿੱਥੇ ਮੈਂ ਰਹਿੰਦਾ ਸੀਗਾ, ਜਦ ਮੈਂ 23 ਸਾਲ ਬਾਅਦ ਜਾ ਕੇ ਉਸ ਜਗ੍ਹਾ ਨੂੰ ਦੇਖਿਆ ਤਾਂ ਮੇਰਾ ਮਨ ਭਰ ਗਿਆ ਸੀਗਾ। ਦਿਲ ਨੂੰ ਸਕੂਨ ਵੀ ਮਿਲਿਆ, ਚਿਹਰੇ 'ਤੇ ਮੁਸਕਾਨ ਵੀ ਆਈ ਉਹਨਾਂ ਪਲਾਂ ਨੂੰ ਯਾਦ ਕਰਕੇ ਜਿਹੜੇ ਮੈਂ ਉੱਥੇ ਬਿਤਾਏ ਸੀਗੇ। ਹਾਂਜੀ, ਇਹ ਰੰਧਾਵਾ ਸਾਹਿਬ ਦੀ ਕਲਾਸ ਹੈ ਜਿੱਥੇ ਨਿੱਕੇ ਹੁੰਦੇ ਉਹ ਪੜ੍ਹਦੇ ਰਹੇ ਨੇ। ਇੱਦਾਂ ਹੀ ਲੱਕੜ ਦੇ ਬੈਂਚ ਹੁੰਦੇ ਸੀਗੇ ਸਾਡੇ, ਜਿਹਦੇ ਫ੍ਰੀ ਟਾਈਮ ਦੇ ਵਿੱਚ ਮੈਂ ਕੰਪਾਸ ਨਾਲ ਆਪਣੇ ਨਾਮ ਲਿਖਿਆ ਹੋਇਆ ਸੀਗਾ।
ਅਤੇ ਹੋਰ ਵੀ ਕਈ ਕਲਾਕਾਰੀ ਕੀਤੀ ਸੀਗੀ, ਪਰ ਉਹ ਹੁਣ ਕਦੀ ਨਹੀਂ ਲੱਭਣੇ। ਉਹ ਬੈਂਚ ਪਤਾ ਨਹੀਂ ਹੁਣ ਕਿੱਥੇ ਹੋਏਗਾ। ਸੈਕਿੰਡ ਸੈਚਰਡੇ ਸੈਚਰਡੇ ਜਦੋਂ ਵੀ ਆਉਂਦੇ ਸੀਗੇ ਚਾਹ ਚੜ੍ਹ ਜਾਂਦਾ ਸੀਗਾ ਕਿ ਹੁਣ ਇੱਕ ਛੁੱਟੀ ਮਿਲਣੀ ਆ ਐਤਵਾਰ ਦੀ। ਆਪਣੇ ਸਕੂਲ ਨੂੰ ਜਾਣ ਲੱਗੇ ਮੇਰੀ ਸਪੀਡ ਬਹੁਤ ਘੱਟ ਹੁੰਦੀ ਸੀ, ਅਤੇ ਆਉਣ ਲੱਗੇ ਮੇਰੀ ਸਪੀਡ ਬਹੁਤ ਜ਼ਿਆਦਾ ਹੁੰਦੀ ਸੀਗੀ। ਅਤੇ ਤੁਹਾਨੂੰ ਪਤਾ ਹੀ ਹੈ ਕਿ ਇੱਦਾਂ ਕਿਉਂ ਹੁੰਦਾ ਸੀ। ਸਕੂਲ ਦੀ ਗੱਲ ਨਾ ਕਰੋ ਦੋਸਤੋ, ਹੁਣ ਉਹ ਬਚਪਨ ਵਾਲਾ ਐਤਵਾਰ ਨਹੀਂ ਆਉਂਦਾ। 23 ਸਾਲਾਂ ਬਾਅਦ ਜਦ ਮੈਂ ਉਸ ਸਕੂਲ ਗਿਆ ਸੀਗਾ ਜਿੱਥੇ ਮੈਂ ਆਪਣਾ ਬਚਪਨ ਗੁਜ਼ਾਰਿਆ ਸੀ, ਤਾਂ ਮੇਰਾ ਦਿਲ ਕਰਦਾ ਸੀ ਮੈਂ ਇੰਨਾ ਵੱਡਾ ਹੋ ਜਾਵਾਂ ਕਿ ਪੂਰੀ ਜਗ੍ਹਾ ਨੂੰ ਘੁੱਟ ਕੇ ਜੱਫੀ ਪਾ ਲਵਾਂ। ਤੁਸੀਂ ਭਾਵੇਂ ਪੂਰੀ ਦੁਨੀਆ ਘੁੰਮ ਲਵੋ, ਲੇਕਿਨ ਉਸ ਜਗ੍ਹਾ ਤੋਂ ਪਿਆਰੀ ਜਗ੍ਹਾ ਨਹੀਂ ਤੁਹਾਨੂੰ ਮਿਲੇਗੀ ਜਿੱਥੇ ਤੁਸੀਂ ਆਪਣਾ ਬਚਪਨ ਗੁਜ਼ਾਰਿਆ ਸੀਗਾ। ਉਹ ਪਲ ਗੁਜ਼ਾਰੇ ਸੀ, ਤੁਹਾਡੇ ਬਚਪਨ ਦੇ ਪਲ ਹੀ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਪਲ ਹੁੰਦੇ ਨੇ। ਮੈਨੂੰ ਅੱਜ ਵੀ ਯਾਦ ਆ ਉਹ ਪਲ ਜਦੋਂ ਅਸੀਂ ਪੈਨਸਲ ਤੋਂ ਪੈਨ 'ਤੇ ਆ ਗਏ ਸੀਗੇ। ਬਹੁਤ ਵਧੀਆ ਲੱਗਾ ਸੀਗਾ ਉਸ ਵਕਤ। ਉਹ ਇੰਕ ਨਾ ਫਿਰ ਹੱਥ ਰੰਗੇ ਜਾਣੇ, ਉਹ ਪੈਨ ਦੇ ਨਿਸ਼ਾਨ ਜੇਬਾਂ ਦੇ ਵਿੱਚ, ਹੱਥ ਦੇ ਵਿੱਚ, ਉਹ ਕਿੰਨੀ ਵਧੀਆ ਫੀਲਿੰਗ ਹੁੰਦੀ ਸੀਗੀ ਜਦੋਂ ਛੁੱਟੀ ਦੀ ਘੰਟੀ ਵੱਜਦੀ ਹੁੰਦੀ ਸੀਗੀ ਅਤੇ ਹੱਸਦੇ ਹੱਸਦੇ ਬਾਹਰ ਨੂੰ ਭੱਜਣਾ, ਆਪਣੇ ਖਾਸ ਦੋਸਤ ਦੇ ਨਾਲ ਰਲਣਾ ਅਤੇ ਗੱਲਾਂ ਮਾਰਦੇ ਹੋਏ ਵਾਪਸ ਘਰ ਨੂੰ ਜਾਣਾ। ਉਹ ਦੋਸਤ ਮੇਰੇ ਸਾਰੇ ਪਤਾ ਨਹੀਂ ਕਿੱਥੇ ਕਿੱਥੇ ਗੁਆਚ ਗਏ। ਦੋ % ਰਹਿ ਗਈ ਬੈਟਰੀ। ਕਾਸ਼ ਉਹ ਮੇਰੇ ਵਿਛੜੇ ਹੋਏ ਦੋਸਤ ਮੈਨੂੰ ਅੱਜ ਮਿਲ ਜਾਂਦੇ ਅਤੇ ਮੇਰੇ ਦਿਲ ਵਿੱਚ ਬਚਪਨ ਦੇ ਉਹ ਫੁੱਲ ਦੁਬਾਰਾ ਖਿਲ ਜਾਂਦੇ। ਮੇਰੇ ਉਹ ਵਿਛੜੇ ਹੋਏ ਦੋਸਤ ਅੱਜ ਜਦ ਕਦੀ ਵੀ ਯਾਦ ਆਉਂਦੇ ਨੇ ਅੱਖਾਂ ਵਿੱਚ ਨਵੀਂ ਜੀ ਆ ਜਾਂਦੀ ਹੈ। ਦੋਸਤਾਂ ਨਾਲ ਗੱਪਾਂ ਛੱਪਾਂ ਮਾਰਨੀਆਂ, ਉਹਨਾਂ ਨਾਲ ਲੜਨਾ, ਫਿਰ ਇਕੱਠੇ ਹੋ ਜਾਣਾ, ਉਹ ਬਿਮਾਰੀ ਦਾ ਬਹਾਨਾ ਲਾ ਕੇ ਸਕੂਲ ਤੋਂ ਛੁੱਟੀ ਲੈ ਲੈਣੀ, ਐਪਲੀਕੇਸ਼ਨ 'ਤੇ ਡੈਡੀ ਦੇ ਸਾਈਨ ਖੁਦ ਕਰਨੇ, ਜਦ ਕਦੀ ਸਾਇੰਸ ਅਤੇ ਮੈਥ ਵਰਗੇ ਸਬਜੈਕਟ ਦੇ ਇਗਜ਼ਾਮ ਹੋਣੇ ਅਤੇ ਮੇਰੀ ਤਿਆਰੀ ਨਹੀਂ ਹੋਣੀ ਅਤੇ ਸਵੇਰੇ ਮੈਂ ਜਾਣ ਬੁੱਝ ਕੇ ਲੇਟ ਹੋ ਜਾਣਾ ਅਤੇ ਛੁੱਟੀ ਮਾਰ ਲੈਣੀ, ਜਾਂ ਜਦ ਸਕੂਲ ਜਾਣ ਦਾ ਦਿਲ ਨਾ ਕਰਨਾ ਅਤੇ ਬੁਖਾਰ ਦਾ ਬਹਾਨਾ ਮਾਰ ਕੇ ਛੁੱਟੀ ਮਾਰ ਲੈਣੀ। ਝੂਠੇ ਸੀਗੇ ਫਿਰ ਵੀ ਸੱਚੇ ਸੀ ਅਸੀਂ, ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਬੱਚੇ ਸੀ ਅਸੀਂ, ਜਾਂ ਉਹ ਦੋਸਤਾਂ ਦੇ ਨਾਲ ਬੜੀ ਸਲਾਹ ਦੇ ਨਾਲ ਚੱਲਣਾ, ਓਏ ਤੂੰ ਕੱਲ੍ਹ ਜਾਣਾ ਆ ਸਕੂਲੇ, ਨਹੀਂ ਮੈਂ ਨਹੀਂ ਜਾਣਾ, ਚੱਲ ਠੀਕ ਆ ਯਾਰ ਫਿਰ ਮੈਂ ਵੀ ਨਹੀਂ ਜਾਣਾ, ਅਤੇ ਦੋਨਾਂ ਨੇ ਮਿਲ ਕੇ ਖੂਬ ਖੇਡਣਾ। ਸਕੂਲ ਦੇ ਦਿਨਾਂ ਦੇ ਹੋਰ ਵੀ ਖੂਬਸੂਰਤ ਪਲ, ਟੀਚਰ ਦਾ ਐਬਸੈਂਟ ਹੋਣਾ ਜਾਂ ਟੈਸਟ ਦਾ ਕੈਂਸਲ ਹੋ ਜਾਣਾ, ਇੱਕ ਛੁੱਟੀ ਮਿਲ ਜਾਣੀ ਜਿਹਦੀ ਕਦੀ ਉਮੀਦ ਨਹੀਂ ਕੀਤੀ ਸੀਗੀ, ਜਾਂ ਟੀਚਰ ਦੇ ਪੜ੍ਹਾਉਣ ਦਾ ਮਨ ਹੀ ਨਾ ਹੋਣਾ, ਜਾਂ ਟੀਚਰ ਕਿਸੇ ਦਿਨ ਆਉਣ ਬਹੁਤ ਸਾਰੀ ਕਿਤਾਬਾਂ ਲੈ ਕੇ ਅਤੇ ਉਹਨਾਂ ਨੂੰ ਚੈੱਕ ਕਰਨਾ ਸ਼ੁਰੂ ਕਰ ਦੇਣ ਅਤੇ ਉਹ ਸਾਡੀ ਕਲਾਸ ਸਾਰੀ ਫ੍ਰੀ ਬੈਠੀ ਹੋਵੇ, ਜਾਂ ਆਪਣੇ ਖਾਸ ਦੋਸਤ ਨੂੰ ਪੁੱਛਣਾ ਓਏ ਤੂੰ ਹੋਮਵਰਕ ਕਰਕੇ ਆਇਆ, ਉਹਨੇ ਕਹਿਣਾ ਨਹੀਂ ਯਾਰ, ਚੱਲ ਫਿਰ ਆਪਾਂ ਦੋਨੋਂ ਜਾਣੇ ਬਾਹਰ ਖੜ੍ਹੇ ਹੋਵਾਂਗੇ ਅੱਜ,
ਜਾਂ ਉਹ ਕਿਸੇ ਦੋਸਤ ਨੇ ਪੁੱਛਣਾ, ਪਾਣੀ ਦੀ ਬੋਟਲ ਹੈਗੀ ਤੇਰੇ ਕੋਲ? ਮੈਂ ਕਹਿਣਾ ਹੈਗੀ ਆ, ਪਰ ਮੂੰਹ ਨਾ ਲਾਈ, ਆ ਕਰਕੇ ਪੀਵੀਂ। ਦੋਸਤੋ, ਮੇਰੀ ਬਣਾਈ ਗਈ ਵੀਡੀਓਜ਼ ਜੇ ਤੁਹਾਨੂੰ ਪਸੰਦ ਆਉਂਦੀਆਂ ਨੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਇਸ ਦੇ ਨਾਲ ਹੀ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਫੋਨ 'ਤੇ ਮਿਲ ਜਾਵੇ। ਚੰਗਾ ਜੀ, ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ। ਰੱਬ ਰੱਖਾ। ਮੁਸਲਮਾਨਾਂ ਦਾ ਨਾਂ ਯਾਦ ਹੈ ਬੜੀ ਜਲਦੀ ਬੜੀ ਜਲਦੀ।